ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਵੜੈਚ ਉਸੇ ਚੈਨਲ 'ਤੇ। ਕਿਹੜਾ ਚੈਨਲ? ਰੋਇਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ। ਸਬਸਕ੍ਰਾਈਬ ਜ਼ਰੂਰ ਕਰਿਓ ਇਹਨੂੰ, ਤੁਸੀਂ ਕਰਦੇ ਨਹੀਂ ਹੈ ਨਾ, ਕਰਨਾ ਪੈਣਾ ਹੁਣ ਇਸ ਵਾਰ। ਤਾਂ ਹੀ ਤਾਂ ਸੋਹਣੀ ਸੋਹਣੀਆਂ ਕਵਿਤਾਵਾਂ ਸੁਣਾਵਾਂਗੇ ਤੁਹਾਨੂੰ। ਸੋ ਦੋਸਤੋ, ਅਗਲੀ ਕਵਿਤਾ ਮੇਰੀ ਦਾ ਨਾਮ ਹੈ ਪਿੰਡਾ ਸਾਹਾਂ ਦਾ। ਇਹਦੇ ਵਿੱਚ ਕੀ ਲਿਖਿਆ ਹੋਇਆ, ਇਹਦੇ ਵਿੱਚ ਲਿਖਿਆ ਹੋਇਆ ਕਿ ਕਿਵੇਂ ਇੱਕ ਬੰਦਾ ਜਦੋਂ ਪਿਆਰ ਦੀ ਦੁਨੀਆ ਵਿੱਚ ਜਾਂਦਾ, ਇਸ਼ਕ ਹਕੀਕੀ ਦੇ ਜ਼ਰੀਏ ਹੁੰਦੇ ਹੋਏ, ਇਸ਼ਕ ਮਜਾਜੀ ਦੇ ਹੁੰਦੇ ਹੋਏ ਰੱਬ ਨੂੰ ਜਾ ਕੇ ਮਿਲਦਾ, ਤਾਂ ਫਿਰ ਉਹ ਕਿੱਦਾਂ ਆਪਣੀ ਦਿਲ ਦੀ ਗੱਲ ਦੱਸਦਾ। ਉਹ ਕਹਿੰਦਾ ਕਿ ਜਦੋਂ ਟੁੱਟ ਜਾਂਦਾ ਕਿਤੇ ਨਾ ਕਿਤੇ, ਉਹ ਕਹਿੰਦਾ ਇਹ ਪਿੰਡਾ ਸਾਹਾਂ ਦਾ ਮੈਥੋਂ ਸੱਜਣਾ ਮੁੱਕਦਾ ਨਹੀਂ, ਲੱਖ ਕੋਸ਼ਿਸ਼ ਕੀਤੀ ਏ ਬੂਹਾ ਮੰਜ਼ਿਲ ਦਾ ਦਿਖਦਾ ਨਹੀਂ, ਜਿੱਤ ਸਕਦਾ ਹਾਂ ਦੁਨੀਆ ਕਿਉਂ ਰੱਬ ਨੂੰ ਜਿੱਤਦਾ ਨਹੀਂ, ਹਰ ਇਲਮ ਸਿਖਾਇਆ ਦੁਨੀਆ ਨੇ ਤੈਨੂੰ ਪਾਉਣਾ ਸਿੱਖਦਾ ਨਹੀਂ, ਇਹ ਪਿੰਡਾ ਸਾਹਾਂ ਦਾ ਮੈਥੋਂ ਸੱਜਣਾ ਮੁੱਕਦਾ ਨਹੀਂ। ਕਿੰਨੇ ਗਰਭ ਬਦਲ ਕੇ ਵੇਖ ਲਏ, ਕਿੰਨੇ ਜਨਮ ਲੈ ਕੇ ਵੇਖ ਲਏ, ਕਿਉਂ ਕਦੇ ਹੋਇਆ ਇੱਕਦਾ ਨਹੀਂ, ਕਰ ਹੁਣ ਮੁਕੰਮਲ ਮੰਜ਼ਿਲ ਨੂੰ ਉਹਦਾ ਰਾਹ ਕਿਉਂ ਮਿੱਥਦਾ ਨਹੀਂ। ਰਾਹ ਮਿੱਥਣਾ ਮਤਲਬ ਮਾਪਦਾ ਨਹੀਂ, ਉਹਦਾ ਰਾਹ ਕਿਉਂ ਮਿੱਥਦਾ ਨਹੀਂ, ਇਹ ਪਿੰਡਾ ਸਾਹਾਂ ਦਾ ਮੈਥੋਂ ਸੱਜਣਾ ਮੁੱਕਦਾ ਨਹੀਂ। ਸੋ ਦੋਸਤੋ, ਤੁਸੀਂ ਵੀ ਪੈਂਡੇ ਹੁਣ ਮਿੱਥ ਲਓ, ਇਸ ਦੁਨੀਆ ਵਿੱਚ ਇਸ਼ਕ ਹਕੀਕੀ ਇਸ਼ਕ ਮਜਾਜੀ ਚੱਲਦਾ ਰਹਿਣਾ, ਪਰ ਅਸਲੀ ਇਸ਼ਕ ਉਹਦੇ ਨਾਲ ਹੀ ਹੈ। ਤੁਸੀਂ ਜ਼ਰੂਰ ਇਹ ਚੀਜ਼ ਨੂੰ ਮਹਿਸੂਸ ਕਰਦੇ ਹੋਵੋਗੇ ਕਿ ਮੈਂ ਕਵਿਤਾ ਦੇ ਵਿੱਚ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਨਾ ਕਿਤੇ ਤੁਹਾਡੇ ਜਜ਼ਬਾਤਾਂ ਨੂੰ ਜ਼ਰੂਰ ਪੜ੍ਹਿਆ ਹੋਵੇਗਾ ਮੈਂ। ਸੋ ਹੋਰ ਵੀ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਕਵਿਤਾਵਾਂ ਲੈ ਕੇ ਜ਼ਰੂਰ ਆਵਾਂਗੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ ਹੈਗਾ ਆਪਣਾ। ਸੋ ਬਹੁਤ ਸਾਰੀਆਂ ਕਵਿਤਾਵਾਂ ਹੋਰ ਪਈਆਂ ਨੇ ਤੁਹਾਡੇ ਲਈ, ਖੂਬ ਸਾਰੀਆਂ ਲੈ ਕੇ ਆਵਾਂਗੇ, ਅਤੇ ਕਮੈਂਟ ਵੀ ਜ਼ਰੂਰ ਕਰਨੇ ਨੇ, ਲਾਈਕ ਸ਼ੇਅਰ ਵੀ ਕਰਨੇ ਨੇ। ਸੋ ਧੰਨਵਾਦ, ਸਤਿ ਸ਼੍ਰੀ ਅਕਾਲ।